ਜਵਾਨੀ ਉਹ ਵੇਖਦੀ ਨਸ਼ੇ ਨੇ ਕਿੱਦਾਂ ਮੱਤ ਮਾਰੀ ਆ। ਮਾਪੇ ਦੇ ਘਰ ਲੱਭਦੇ ਫਿਰਦੇ ਹੋਣੇ ਇਹਨੂੰ, ਇਹ ਨਸ਼ਾ ਕਰਕੇ ਤੇ ਨਹਿਰ ਦੇ ਕੰਢੇ ਤੇ ਪਿਆ ਈ ਉਹ ਜਵਾਨਾ। ਉਹ ਜਵਾਨਾ ਪਾਗਲ ਲੱਗਦਾ ਯਾਰ ਯਾਰ, ਚੱਲ ਆ ਤੈਨੂੰ ਮੈਂ ਦਵਾਈ ਦਵਾਵਾਂ ਡਾਕਟਰ ਕੋ, ਆਠ ਮੇਰਾ ਪੁੱਤ ਤੂੰ ਮੈਨੂੰ ਮਾਰ ਦੇਣਾ। ਨਹੀਂ 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 ਮੈਂ ਮਾਰਦਾ, ਚੱਲ ਆ ਤੇਰਾ ਪੁੱਤ, ਉੱਠ ਤੂੰ ਮੈਨੂੰ ਮਾਰ ਦੇਣਾ। ਨਹੀਂ ਉੱਠ 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 ਬੈਰ ਸਹੀ, ਤੂੰ ਮੈਨੂੰ ਮਾਰ ਦੇਣਾ। ਨਹੀਂ ਨਹੀਂ ਨਹੀਂ, ਕਿਹੜਾ ਪਿੰਡ ਆ ਤੇਰਾ ਪੁੱਤ? ਉਹ ਤਾਂ ਕਿਹੜਾ ਪਿੰਡ ਆ ਤੇਰਾ, ਕਿਹੜਾ ਪਿੰਡ ਵਾ ਠੀਕ ਹੋਣੀ ਆ? ਤੂੰ ਕਿਹੜੇ ਪਿੰਡ ਦਾ ਪੁੱਤ? ਤੂੰ ਮੈਨੂੰ ਮਾਰ ਦੇਣਾ, ਤੂੰ ਮਾਰ ਦੇਣਾ। ਨਹੀਂ ਪੁੱਤ ਤੂੰ ਮੈਨੂੰ ਮਾਰ ਦੇਣਾ। ਨਹੀਂ ਨਹੀਂ ਨਹੀਂ, ਤੂੰ ਮੈਨੂੰ ਮਾਰ ਦੇਣਾ, ਜੂੜਾ ਬੰਨ ਆਪਣਾ, ਤੂੰ ਮੈਨੂੰ ਮਾਰ ਦੇਣਾ। ਨਹੀਂ ਨਹੀਂ ਖਲੋ ਵਿਚਾਰਾ, ਆਪਣੇ ਪਿੰਡ ਦੱਸ, ਪਿੰਡ ਕਿਹੜਾ ਤੇਰਾ? ਪੁੱਤ ਕਿਹੜਾ ਪਿੰਡ ਆ? ਪਿੰਡ 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 ਕਿਹੜਾ ਪਿੰਡ? ਪਿੰਡ ਹੈ ਨੀ, ਪਿੰਡ ਹੈ ਨੀ ਮੇਰਾ ਕੋਈ, ਪਿੰਡ ਹੈ ਨੀ। ਤੂੰ ਮਾਰਦਾ, ਤੂੰ ਮਾਰਦਾ, ਨਹੀਂ ਮਾਰਦਾ ਪੁੱਤ, ਨਹੀਂ ਮਾਰਦਾ ਵੇ। ਆਵੇ ਮੈਂ ਆਇਆ, ਆ ਗਿਆ ਪਿੰਡ ਨੂੰ, ਮਿਹਰਬਾਨ ਸ਼ੇਰ ਮੇਰਾ ਪੁੱਤ, ਪਿੰਡ ਨੂੰ ਮੇਰਾ। ਤੇਰੇ ਮੰਮੀ ਡੈਡੀ ਕੀ ਕਰਦੇ ਹੋਣਗੇ ਪੁੱਤ? ਤੈਨੂੰ ਲੱਭਦੇ ਹੋਣੇ ਆ। ਨਹੀਂ 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 ਨਹੀਂ, ਉਹ ਕਿੰਨਾ ਸੋਹਣਾ ਜਵਾਨ ਪੁੱਤ ਓਏ, ਮੇਰਾ ਹਨੀ ਕੋਈ, ਮੇਰਾ ਹਨੀ ਕੋਈ ਵੀ ਓਏ ਹੋਏ, ਮੇਰਾ ਹਨੀ ਕੋਈ, ਮੇਰਾ ਹਨੀ। ਤੂੰ ਮੈਨੂੰ ਮਾਰਦਾ? ਨਹੀਂ ਪੁੱਤ, ਚੱਲ ਆ, ਨਹੀਂ ਮੈਂ ਮਾਰਦਾ ਨਹੀਂ, ਚੱਲ ਆ ਮੇਰੇ ਨਾਲ, ਚੱਲ ਮੈਂ ਨਹੀਂ ਜਾਣਾ, ਤੂੰ ਮੈਨੂੰ ਮਾਰਦਾ। ਨੌਜਵਾਨ ਵਾ ਮੇਰਾ ਪੁੱਤ, ਚੱਲ ਆ, ਉੱਠ 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 ਮੇਰਾ ਪੁੱਤ। ਸੱਟ ਸੁੱਟ ਲੱਗੀ ਤੇਰੇ ਕਿਤੇ? ਓਹੋ ਇਹਦੇ ਸੱਟ ਮੇਰਾ ਪੁੱਤ, ਉੱਠ 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 ਮੇਰੇ ਨਾਲ, ਚੱਲ ਆ ਉੱਠ ਉੱਠ। ਮੈਂ ਕਿੱਥੇ ਆ, ਮੈਂ ਕਿੱਥੇ? ਇੱਥੇ ਇੱਥੇ ਹੀ ਪੁੱਤ, ਆਵੇ ਕਿੱਥੇ? ਆਵੇ ਆਵੇ, ਤੂੰ ਪੈਰਾਂ ਤੋਂ ਵੀ ਨੰਗਾ ਵਾ। ਕਿੱਥੇ ਆਣਾ ਮੈਂ, ਕਿੱਥੇ ਆਣਾ ਮੈਂ, ਕਿੱਥੇ ਆਣਾ? ਤੇਰੀ ਆ ਪਈ ਆ, ਮੇਰੇ ਨਹੀਂ ਹੈਗੇ, ਮੇਰੇ ਨਹੀਂ ਹੈਗੇ। ਉਹ ਤੇਰੀ ਆ, ਮੇਰੇ ਨਹੀਂ ਹੈਗੇ। ਤੇਰੀ ਤੇਰੀ ਪੁੱਤ ਆ ਜਾ, ਨਹੀਂ ਨਹੀਂ, ਆ ਜਾ ਆ ਜਾ, ਆ ਜਾ ਆ ਜਾ, ਮੈਂ ਨਹੀਂ ਜਾਣਾ ਕਿਤੇ ਵੀ। ਨਹੀਂ ਨਹੀਂ ਪੁੱਤ, ਆ ਫੜ ਫੜ ਆ ਜੁੱਤੀ ਪਾ ਮੇਰਾ ਪੁੱਤ। ਇਹ ਮੇਰੀ ਨਹੀਂ ਹੈਗੀ। ਤੇਰੀ ਆ, ਮੇਰੀ ਨਹੀਂ ਹੈਗੀ। ਇਹ ਤੇਰੀ ਤੇਰੀ ਆ, ਪਾ ਮੇਰੀ ਨਹੀਂ ਹੈਗੀ। ਪਿੰਡ ਕਿਹੜਾ ਪੁੱਤ, ਪਿੰਡ ਕਿਹੜਾ ਤੇਰਾ? ਮੈਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ। ਕੋਈ ਹੈ ਵੀ ਨਹੀਂ ਗੱਲ ਆਗੇ, ਮੈਂ ਆਵਾਜ਼ ਕਿਉਂ ਮਾਰਾਂ? ਮੈਨੂੰ ਤੁਸੀਂ ਮਾਰਨਾ ਹੀ ਆ, ਤੁਸੀਂ ਮੈਨੂੰ ਮਾਰਨਾ ਵਾ। ਨਹੀਂ ਪੁੱਤ, ਆ ਜਾ, ਆ ਤੈਨੂੰ ਮੈਂ ਦੁੱਧ ਦੱਧ ਪਿਆਣਾ, ਆ ਮੇਰਾ ਪੁੱਤ, ਚੱਲ ਚੱਲ ਤੈਨੂੰ ਮੈਂ ਦੁੱਧ ਪਿਆਲਦਾ ਪੁੱਤ, ਦੁੱਧ ਉਹ ਤੈਨੂੰ ਦੁੱਧ ਪਿਆਲਦਾ ਪੁੱਤ, ਤੇਰੀ ਹੋਸ਼ ਆ ਜੂਗੀ। ਆਹੋ ਦੁੱਧ, ਭੁੱਖ ਲੱਗੀ ਆ, ਚੱਲ ਤਾਂ ਆ ਜਾ, ਆ ਮੇਰਾ ਪੁੱਤ, ਨਾਲੇ ਰੋਟੀ ਖਾ ਲੂੰਗਾ, ਦੁੱਧ ਖਾ, ਦੁੱਧ ਪੀ ਲਾ, ਪੀ ਲਾ ਦੁੱਧ। ਮੇਰੀ ਬੀਬੀ ਮੈਨੂੰ ਬੜਾ ਦੁੱਧ ਪਿਆਲਦੀ,
ਪਾਪਾ ਕੋ ਚੱਲ ਛੇਤੀ ਛੇਤੀ ਚੱਲ ਛੇਤੀ ਆ ਪਹਿਲਾਂ ਡਾਕਟਰ ਕੋ ਨਾ ਲੈ ਜਾ ਤੈਨੂੰ ਨਹੀਂ ਨਹੀਂ ਦੁੱਧ ਪੀਣਾ ਦੁੱਧ ਪੀਣਾ ਦੁੱਧ ਪੀਣਾ ਦਵਾਈ ਤੇ ਦਵਾ ਲਈਏ ਪਾਜ ਦੁੱਧ ਪੀਣਾ ਮਨਜੋਤ ਨੇ ਕਦੀ ਮੈਨੂੰ ਗੱਡੀ ਤੋਂ ਪੈਰ ਨਹੀਂ ਪੁੰਜੇ ਪਾਉਣ ਦਿੱਤਾ। ਜਿੱਥੇ ਜਾਣਾ ਮੇਰੇ ਨਾਲ ਨਾਲ ਜਾਣਾ ਤੇ ਅੱਜ ਸੁੱਖ ਕਹਿਣ ਦੀ ਆ ਕਿ ਮਨਜੋਤ ਕਿਸੇ ਜਨਾਨੀ ਨਾਲ ਚੱਲ ਗਿਆ। ਦਿਲ ਤੇ ਮੰਨਦਾ ਹੀ ਨਹੀਂ ਆ। ਜੇ ਆਂਢ ਗੁਆਂਢ ਨੂੰ ਪਤਾ ਲੱਗੇ ਤੇ ਕਿੰਨੀ ਨਮੋਸ਼ੀ ਦੀ ਗੱਲ ਆ। ਇੱਜ਼ਤ ਤੇ ਮਹਾਂ ਬਣਦੀ ਆ। ਲੱਖ ਜਾਣ ਵੱਸਦਾ ਪਰ ਮੈਨੂੰ ਤੇ ਉਹਦੇ ਨਾਲ ਹੀ ਭਾ ਹੀ ਕਹਿਣਾ। ਸਮਝ ਨਹੀਂ ਲੱਗਦੀ ਕੁਛ ਕਿ ਸੁੱਖ ਦੀ ਗੱਲ ਤੇ ਯਕੀਨ ਕਰਾਂ ਕਿ ਆਪਣੇ ਦਿਲ ਦੀ ਗੱਲ ਤੇ ਯਕੀਨ ਕਰਾਂ ਕਿ ਮਨਜੋਤ ਇੱਦਾਂ ਦਾ ਨਹੀਂ ਤੇ ਇੱਦਾਂ ਕਦੇ ਵੀ ਕਰ ਨਹੀਂ ਸਕਦਾ। ਪਰ ਇਹ ਗੱਲਾਂ ਦੇ ਜਵਾਬ ਤੇ ਹੁਣ ਸੁੱਖ ਹੀ ਦਊਗੀ ਜਿਹੜੀ ਇੰਨੇ ਵਿਸ਼ਵਾਸ ਨਾਲ ਕਹਿੰਦੀ ਕਿ ਤੇਰਾ ਬੰਦਾ ਕਿ ਹੋਰ ਜਨਾਨੀ ਨਾਲ ਚੱਲ ਗਿਆ ਆ। ਹੁਣ ਕਿੱਡਾ ਉਧਰੇ ਪਏ ਆ। ਉਦਣ ਤਾਂ ਚਾਹ ਵੀ ਨਹੀਂ ਪੀਣ ਦਿੱਤੀ ਦੁੱਧ ਖੋਲਿਆ ਹੱਥੋਂ। ਹੁਣ ਕਿੱਡਾ ਪਿਆਰ ਆਉਣ ਡਿਆ। ਫੋਨ 'ਤੇ ਫੋਨ ਲਾਈ ਜਾਣ ਡੀ ਮਾਤਾ ਨੂੰ ਵੀ ਚੈਨ ਨਹੀਂ। ਜਦੋਂ ਤੁਸੀਂ ਸਮਝਿਆ ਹੀ ਨਹੀਂ ਪੁੱਤ ਤਾਂ ਹੁਣ ਤੁਹਾਨੂੰ ਕਾਹਦੀ ਟੈਨਸ਼ਨ ਆ ਮੈਂ ਜੀਵਾਂ ਜਾਂ ਮਰਾਂ। ਫੋਨ ਕਰਕੇ ਮਗਰ ਇਹ ਨਹੀਂ ਪੁੱਛਿਆ ਵੀ ਉਹਦੀ ਮਾਤਾ ਦਾ ਕੀ ਹਾਲ ਆ ਜਾਂ ਕਿੱਦਾਂ। ਹੁਣ ਚੇਤਾ ਆ ਗਿਆ ਫੋਨ ਕਰਨ ਦਾ ਨੂੰ ਪਈ ਹੋਣੀ ਹੁਣ ਇੱਥੇ ਵੀ ਕੋਈ ਬਿਪਤਾ ਕੇ। ਬਿਲਕੁਲ ਹੀ ਗੁਲਾਮ ਹੋ ਗਈ ਮਾਤਾ ਮੈਂ ਬਿਲਕੁਲ ਹੀ ਗੁਲਾਮ ਹੋ ਗਈ। ਠੀਕ ਆ ਇੱਜ਼ਤ ਹੁੰਦੀ ਆ ਪਰ ਇਹ ਥੋੜ੍ਹੀ ਆ ਵੀ ਹੁਣ ਅਗਲੇ ਦੀ ਗਲਤ ਗੱਲ ਨੂੰ ਵੀ ਸਹੀ ਕਹੀ ਜਾਓ। ਉਹਨੂੰ ਕਹਿੰਦੀ ਕੱਖ ਨਹੀਂ ਗੀ। ਬਿਲਕੁਲ ਮਾਤਾ ਦਾ ਵੀ ਬੇੜਾ ਹੀ ਕਰਕੇ ਗਿਆ ਨਾਲ ਲੱਗ ਲੱਗ ਉਹਦੇ। ਹੁਣ ਸੁਮਨ ਦਾ ਤਾਂ ਉੱਧਰ ਵੀ ਟੈਨਸ਼ਨ ਪਈ ਹੈ। ਮੰਮੀ ਨੂੰ ਪਤਾ ਨਹੀਂ ਕਿੱਦਾਂ ਛੁੱਟੀ ਮਿਲਣੀ ਹੈ। ਘੜੀ ਮੈਂ ਇੱਥੇ ਆ ਕੇ ਬੈਠਾ ਸਕੂਨ 'ਚ ਇੱਥੇ ਫੋਨ 'ਤੇ ਫੋਨ ਲਾਈ ਜਾਣ ਡੀ। ਹੁਣ ਬੜਾ ਪਿਆਰ ਜਾਗਣ ਡਿਆ। ਉਦੋਂ ਉਹਨੂੰ ਮੁੱਛਾਂ ਵਾਲੇ ਨੂੰ ਸਮਝਾ ਲੈਂਦੀ ਹਾਂ ਮੈਨੂੰ ਕੀ ਲੋੜ ਹੀ ਫਾਹ ਲੈਣ ਦੀ ਮੈਂ ਕਿਉਂ ਘਰੋਂ ਨਿਕਲਣਾ। ਅਜੇ ਤਾਂ ਮੈਂ ਦੋ ਕੁ ਦਿਨ ਨਹੀਂ ਆਇਆ ਵਾਂ ਅਤੇ ਹੁਣ ਮੈਂ ਪੱਕਾ ਹੀ ਨਿਕਲ ਜਾਣਾ ਕਿਤੇ। ਮੁੜ ਕੇ ਵੇਖਣਗੇ ਤਾਂ ਠਾ ਫਿਰ ਵੇਖਾਂਗੇ ਇਹਨਾਂ ਦਾ ਡੰਗਰ ਕੌਣ ਸਾਂਭਦਾ ਅਤੇ ਘਰ ਕੌਣ ਸਾਂਭਦਾ। ਇਹਨਾਂ ਦੇ ਰਾਦੇ 'ਚ ਅਸੀਂ ਪੈਸੇ ਨਾ ਦੇਵਾਂਗੇ ਅਤੇ ਜਾ ਹੀ ਨਹੀਂ ਸਕਦਾ ਕਿਤੇ। ਗੱਲ ਇਹ ਨਹੀਂ ਹੁੰਦੀ ਸਿਰਫ ਇੱਕ ਮਾਣ ਹੁੰਦਾ ਮਾਂ ਪਿਓ ਅਤੇ ਰੱਬ ਹਰ ਕਿਸੇ ਨੂੰ ਦੇ ਦਿੰਦਾ ਜਿਹਨੇ ਪੈਦਾ ਕੀਤਾ ਉਹ ਇੰਤਜ਼ਾਮ ਵੀ ਕਰ ਦਿੰਦਾ ਹੁੰਦਾ ਰੋਟੀ ਪਾਣੀ ਦਾ। ਅਤੇ ਬਾਪੂ ਦੇ ਦਿਲ 'ਚ ਵਹਿਮ ਆ ਗਈ ਖਰੇ ਮੈਂ ਨਾ ਦਊਂਗਾ ਤੈਨੂੰ ਭੁੱਖਾ ਮਰ ਜਾਣਾ। ਇਹੋ ਹੀ ਵਹਿਮ ਮੈਨੂੰ ਲੈ ਕੇ ਬਹਿ ਚੱਲਾ ਵਾ। ਨਹਾ ਨਹੂ ਕੇ ਹਟੀ ਹਾਂ ਅਤੇ ਮੈਂ ਫਿਰ ਸੋਚਿਆ ਵੀ ਕੀ ਧਰਨਾ ਰਾਤ ਨੂੰ ਮਟਰ ਤੋੜ ਲਿਆਉਂਦੀ ਹਾਂ ਅਤੇ ਪਰ ਇੱਕ ਗੱਲ ਹੀ ਉਹ ਸੋਨੂੰ ਨੂੰ ਫੋਨ ਲਾਉਣ ਡੀ ਸੋਨੂੰ ਫੋਨ ਨਹੀਂ ਚੁੱਕਣ ਡਿਆ। ਪਤਾ ਨਹੀਂ ਉਹਦੀ ਮੰਮੀ ਦਾ ਹੁਣ ਕੀ ਹਾਲ ਹੋਣਾ ਉਹਦੀ ਸੱਸ ਦਾ ਠੀਕ ਵਾ ਕਿ ਜਾਂ ਕਿੱਦਾਂ ਹੀ ਹੋ ਅਤੇ ਜੇ ਫੋਨ ਲਾਉਂਦੀ ਹਾਂ ਤਾਂ ਫੋਨ ਨਹੀਂ ਚੁੱਕਦਾ। ਅਤੇ ਹੁਣ ਮੈਂ ਆਪਣੇ ਮਨ 'ਚ ਇਹੋ ਸੋਚਣ ਡਈ ਹਾਂ ਚੱਲ ਸ਼ਾਹ ਆ ਜਾਣਗੇ ਟਾਈਮ ਨਾਲ ਤਾਂ ਸਬਜ਼ੀ ਤਾਂ ਧਰਨ ਵਾਲੇ ਬਣਨਗੇ ਇਕੱਲੇ ਜਾਣਿਆਂ ਨੇ ਮੈਂ ਕੀ ਖਾਣਾ ਅਤੇ ਕੀ ਕਰਨਾ ਹੀ ਹੋ ਹੈ ਕਹੂੰ ਡਿਆ ਗੂਣ ਆਏ ਹਾਏ ਸਾਹ ਚੜ ਗਿਆ। ਕੋਈ ਨੀ ਜਾਵੇ ਘਰ ਆ ਗਿਆ ਆਪਣਾ ਲਾਗੇ ਆ ਨਹਿਰ ਵਾ
ਤੈਨੂੰ ਨਸ਼ੇ ਨਾਲ ਚੱਕਰ ਆਉਣ ਡੇ ਆ, ਤੂੰ ਨਸ਼ਾ ਕੀਤਾ ਹੋਣਾ ਵਾ। ਮੈਂ ਨਸ਼ਾ ਕਰਦਾ ਤੇ ਤਾਂ ਹੀ ਤੂੰ ਇਦਾਂ ਡਿਆ ਕਰਨ? ਨਹੀਂ ਹਾਂ, ਮੈਨੂੰ ਉਹਦਾ ਚੱਕਰ ਆਉਣ ਡਿਆ। ਤੇ ਬੋਲਦਾ ਕਿਉਂ ਫਿਰ ਇੰਨਾ? ਪਾਪਾ ਤੂੰ ਤਰਨਾ ਆਉਂਦਾ ਵਾ? ਉਹ ਤਰਨਾ ਆਉਂਦਾ? ਚੱਲ ਤੈਨੂੰ ਦੱਸ, ਉਹ ਚੱਲ ਕਰ ਜਾ ਕੇ ਤੈਨੂੰ ਦੱਸਦਾ ਵਾ। ਕੋਈ ਨੀ ਕਰ ਵਾ, ਆਹ ਵੇ ਘਰ ਆ ਗਿਆ ਲੱਗੇ ਆਪਣਾ ਪੁੱਤ, ਆਹ ਵੇ ਆਪਣਾ ਘਰ ਆ ਗਿਆ। ਅੱਜ ਗੁਰਦਾਰਾ ਵਾ, ਆਪਣੇ ਪੁੱਤ ਨੂੰ ਦੁੱਧ ਪਿਆਲਦਾ ਮੈਂ। ਅੱਜ ਗੁਰਦਾਰਾ ਚਿੱਟੇ ਦੇ, ਆਹ ਚਿੱਟੇ ਦੇ ਗੁਰਦਾਰਾ ਵਾ। ਨਹੀਂ ਪੁੱਤ, ਉਹ ਘਰ ਵਾ ਸਾਡਾ, ਚਿੱਟੇ ਦੇ ਗੁਰਦਾਰੇ ਹੁੰਦੇ ਆ। ਆਜਾ 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 ਮੇਰਾ ਪੁੱਤ, ਆਜਾ ਆਜਾ ਆਜਾ। ਪਾਪਾ ਤੂੰ ਫੜਿਆ ਕਿ ਮੈਨੂੰ? ਤੂੰ ਮੈਨੂੰ ਮਾਰ ਦੇਣਾ ਵਾ? ਪੁੱਤ ਨਹੀਂ ਮਾਰਦਾ, ਤੂੰ ਮੈਨੂੰ ਮਾਰ। ਨਹੀਂ ਮੇਰਾ ਪੁੱਤ, ਨਹੀਂ ਨਹੀਂ ਤੇਰੀ ਮੰਮੀ ਡੈਡੀ ਕੋ ਤੈਨੂੰ ਛੱਡ ਕੇ ਆਊਂਗਾ ਪੁੱਤ, ਉਹਨਾਂ ਦਾ ਪਤਾ ਕਰਕੇ ਨਾ ਕਿ ਕਿੱਥੇ ਆ, ਮੈਂ ਛੱਡ ਕੇ ਆਊਂ ਆਪਣੇ ਪੁੱਤ ਨੂੰ। ਮੰਮੀ ਡੈਡੀ ਕੀ ਹੁੰਦਾ ਵਾ? ਉਹ ਮਾਂ ਪਿਓ ਹੁੰਦੇ ਆ ਗੇ। ਉਹ ਕੀ ਹੁੰਦੇ? ਜਿਨ੍ਹਾਂ ਨੇ ਜਨਮ ਦਿੱਤਾ ਹੁੰਦਾ ਉਹ ਹੁੰਦੇ। ਮੈਂ ਜੋ ਤੂੰ ਡਿੱਗਾ? ਨਹੀਂ ਪੁੱਤ, ਮੈਂ ਉੱਤੋਂ ਡਿੱਗਾ। ਇਦਾਂ ਇਦਾਂ ਦੀ ਗੱਲਾਂ ਨਹੀਂ ਕਰੀ ਗਿਆ ਮੇਰਾ ਪੁੱਤ, ਉੱਤੋਂ ਡਿੱਗਾ ਇਦਾਂ ਦੀ ਗੱਲਾਂ। ਆਹ ਕਿਹਨੂੰ ਲਈ ਆਉਣ ਡੇ ਨਾਲ? ਹਾਏ ਕਿੱਡਾ ਜਵਾਨ ਹੈ, ਪ੍ਰਾਹੁਣਾ ਕੌਣ ਹੋਇਆ ਹੈ? ਕਿੱਦਾਂ ਉਹਨੂੰ ਜੱਫੀਆਂ ਪਾਈਆਂ ਵਾ? ਆਪਣਾ ਨਿਆਣਾ ਕਿਤੇ ਜੱਫੀਆਂ ਪਾਵੇ, ਕਿਤੇ ਲਾਗੇ ਆਵੇ ਜੱਫੀਆਂ ਦੇ, ਦੂਰ ਦੀ ਗੱਲ ਕਿਤੇ ਕੌਣ ਨਹੀਂ ਦਿੰਦੇ। ਕਿਤੇ ਮੁੰਡਾ ਤਰਾਸ ਤਰਾਸ ਕਰਦਾ ਫਿਰਦਾ ਵਾ, ਹਾਰ ਕੇ ਹੀ ਹੁਣ ਉਹਨੇ ਆਪਣੀ ਜਿੱਦਾਂ ਦੇ ਹੁੰਦੇ ਵੀ ਆਈ ਤੇ ਆਣ ਕੇ ਡਹਿ ਪਿਆ ਬੁਲਾਰਾ ਕਰਨ, ਤੇ ਕਿੱਦਾਂ ਉਹਨੂੰ ਜੱਫੀਆਂ ਪਾ ਕੇ ਤੁਰੇ ਆਉਂਦੇ ਆ। ਕਿਤੇ ਨਿਆਣਾ ਨਿੱਕਾ ਹੁੰਦਾ ਢਿੱਡ 'ਤੇ ਲੇਟਦਾ ਸੀ ਕਿੱਦਾਂ, ਤੇ ਹੁਣ ਕਿਤੇ ਵੇਖਣਾ ਨਹੀਂ ਮੰਗਦੇ ਇੱਕ ਦੂਜੇ ਨੂੰ। ਪਰ ਨਾ ਤਾਂ ਮੈਨੂੰ ਇਹ ਕੋਈ ਪ੍ਰਾਹੁਣਾ ਹੀ ਲੱਗਦਾ ਵਾ, ਵੇਖਾਂ ਭਲਾ ਕਹਾਂ ਕਿ ਕੌਣ ਹੋਇਆ ਇਹ। ਸਿਰ 'ਤੇ ਵੀ ਕੁਛ ਨਹੀਂ ਹੈਗਾ। ਕਿੰਨਾ ਸੋਹਣਾ ਜਵਾਨ ਪੁੱਤ ਪਾਲਿਆ ਮਾਪਿਆਂ ਨੇ, ਹੱਥ ਹਾਏ ਲਹੂ ਵਗਿਆ ਜਿੱਦਾਂ ਆ ਵੇਖੋ। ਸੱਟ ਵੀ ਆਵੇ, ਸੱਟ ਲੱਗੀ ਆ ਸਿਰ 'ਚ ਵੀ। ਹਾਏ ਕੌਣ ਮਾਏ, ਸੱਟ ਲੱਗ ਗਈ ਆ ਲੱਗਦੀ। ਮੈਨੂੰ ਮਾਰ ਦੇਣਾ? ਨਹੀਂ ਮਾਰਦੇ। ਕੌਣ ਮਾਏ? ਯਾਰ ਤੇ ਪਿਆ ਸੀ ਹਾਂ, ਤੇ ਮੈਂ ਆਪਣੀ ਇਨਸਾਨੀਅਤ ਤੌਰ ਤੇ ਮੈਂ ਚੁੱਪ ਕਰ ਮੇਰਾ ਪੁੱਤ, ਮੈਂ ਲੈ ਚੁੱਕ ਕੇ ਘਰ ਨੂੰ। ਹਾਂ ਮੈਂ ਇਹਦੇ ਮਾਪੇ ਲੱਭਦੇ ਹੋਣੇ ਆ, ਇਹਨੂੰ ਦੁੱਧ ਦੁੱਧ ਪਿਆਲਦੇ, ਇਹਦਾ ਪਿੰਡ ਪੀੜ ਪੁੱਛ ਕੇ ਤੇ ਇਹਨੂੰ ਘਰ ਛੱਡ ਕੇ ਆਵਾਂਗੇ। ਨਹੀਂ ਮਾਰਦੇ ਤੇ ਮੇਰੀ ਗੱਲ ਸੁਣ। ਆਜਾ ਆਜਾ ਵਾਗਰੂ ਕਹਿ, ਆਜਾ ਆਜਾ ਇਹ ਚਾ ਮੈਨੂੰ ਫੜਾ, ਆ ਮੈਨੂੰ ਫੜਾ। ਕਿੰਨਾ ਜਵਾਨ ਹੀ ਹੋ ਵੇਖ, ਇਹਦੇ ਮਾਪੇ ਨੇ ਖਰਿਆ ਕਿੰਨਾ ਕਿ ਘਿਓ ਇਹਨੂੰ ਖਵਾ ਲਿਆ, ਕਿੰਨਾ ਕਿ ਦੁੱਧ ਪਿਆ ਲਿਆ ਹੋਣਾ। ਚੱਕ ਲਾਉਂਦੇ ਆ, ਐਦਾਂ ਦਾ ਜਵਾਨ ਕਿਤੇ ਲੱਭਦਾ ਨਹੀਂ ਹੁਣ। ਚੱਲ ਕੋਈ ਨਹੀਂ ਕੋਈ ਨਹੀਂ, ਗਾੜੀ ਹੋਣੇ ਮੰਜੇ ਤੇ ਲੰਮਾ ਪਾਉਨੇ। ਨਿੱਕੇ ਨਿੱਕੇ ਨਿਆਣੇ ਰਹਿ ਗਏ। ਗੁਰਦੁਆਰਾ ਵਾ? ਨਹੀਂ ਗੁਰਦੁਆਰਾ ਨਹੀਂ ਦਾ ਪੁੱਤ, ਘਰ ਵਾ ਸਾਡਾ ਦਾਸੇ ਨੂੰ ਦਿੰਦਰ। ਪੁੱਤ ਗੁਰਦੁਆਰੇ ਤੇ ਗੁੰਮਟ ਹੁੰਦਾ ਵਾ, ਪਤਾ ਨਹੀਂ ਤੈਨੂੰ? ਆਹੋ ਚਿੱਟਾ ਦਾ ਗੁਰਦੁਆਰਾ ਹੁੰਦਾ। ਨਹੀਂ ਨਹੀਂ ਪੁੱਤ, ਇੱਕ ਰਾਂਗੀ ਇਦਾਂ ਦਾ ਕੱਲੀ ਸਾਡੀ ਰਿਆ। ਪੁੱਤ ਹੋਸ਼ ਵਿੱਚ ਆ ਤੂੰ, ਕੀ ਗੱਲ ਵਾ ਤੈਨੂੰ, ਕੀ ਹੋਇਆ ਪੁੱਤ? ਨਾ ਅਮਰਤ, ਤੂੰ ਵੀ ਮੇਰਾ ਸਿਰ ਖਾਧਾ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਨਹੀਂ ਜਾਣਾ ਆਫਿਸ ਤੇ, ਨਹੀਂ ਜਾਣਾ, ਤੂੰ ਜਾਣਾ ਤੇ ਜਾ। ਜਦੋਂ ਮੈਂ ਕਿਹਾ ਸਰ ਨੇ ਨਹੀਂ ਆਉਣਾ ਆਫਿਸ ਅੱਜ, ਮੈਨੂੰ ਕੀ ਪਤਾ ਕਿੱਥੇ ਗਏ ਆ। ਠੀਕ ਆ ਜੀ, ਅੱਗੇ ਸਰ ਦੱਸ ਕੇ ਜਾਂਦੇ ਹੋਣੇ ਆ, ਤੇ ਤੂੰ ਵੀ ਸਰ ਦੇ ਆਏ ਤੇ ਗਈ ਸੀ 2 ਮਿੰਟ ਪਹਿਲਾਂ ਹੀ, ਫਿਰ ਤੈਨੂੰ ਵੀ ਪਤਾ ਹੀ ਹੋਣਾ ਸਰ ਕੀ ਕਹਿੰਦੇ ਸੀ ਤੇ ਕੀ ਨਹੀਂ, ਮੈਨੂੰ ਜ਼ਿਆਦਾ ਪੁੱਛਣ ਡਈ ਆ ਤੂੰ ਤੇ। ਕਿਹੜਾ ਹਿਸਾਬ ਕਿਤਾਬ ਦੇਣਾ? ਮੇਰੀ ਗੱਲ ਸੁਣ, ਮੈਂ ਤੇ ਆਪਣਾ ਹਿਸਾਬ ਕਿਤਾਬ ਦੇ ਆਈ ਹਾਂ ਸਰ ਨੂੰ, ਕੱਲ੍ਹ ਜੋ ਸੀ ਨਾ ਸਾਰਾ ਕੁਝ ਸਰ ਨੂੰ ਮੈਂ ਦੱਸਤਾ ਸੀ, ਰਹਿ ਗਿਆ ਤੇਰਾ ਤੇ ਤੂੰ ਚੱਲ ਜਾ ਆਫਿਸ।
ਤੈਨੂੰ ਜਦੋਂ ਮੈਂ ਕਹਿਣ ਡਈ ਸਰ ਨੇ ਨਹੀਂ ਹੋਣਾ ਤਾਂ ਫਿਰ ਤੂੰ ਕਿਹਨੂੰ ਹਿਸਾਬ ਕਿਤਾਬ ਦੇਣਾ ਵਾ? ਆਫਿਸ ਤੇ ਅੱਗੇ ਬੰਦ ਹੀ ਆ ਤਾਂ ਤੂੰ ਹੁਣ ਮੇਰੇ ਤੇ ਇਨਕੁਆਰੀ ਪਤਾਉਣੀ ਕਹਿੰਦੇ ਕਿੱਧਰ ਗਏ ਕੀ ਕੀਤਾ ਕੀ ਨਹੀਂ? ਤੂੰ ਰਹਿ ਪੈਂਦੀ ਅਗਰ 10 ਮਿੰਟ ਉੱਥੇ ਹੋਰ ਰੁਕ ਜਾਣੀ ਉੱਥੇ ਤੈਨੂੰ ਕੱਲ੍ਹ ਦਾ ਹੀ ਕਿ ਮੈਂ ਦਬ ਦਬ ਘਰ ਨੂੰ ਭੱਜਾਂ ਘਰ ਨੂੰ ਭੱਜਾਂ ਮੈਨੂੰ ਘਰਦਿਆਂ ਨੇ ਸਵਾਲ ਕਰਨੇ ਆ ਤੂੰ ਹਨੇਰਾ ਹੋ ਗਿਆ ਤੈਨੂੰ ਲੇਟ ਕਿਉਂ ਆਈ ਆ? ਘਰਦਿਆਂ ਨਾਲ ਤਾਂ ਮੈਨੂੰ ਤੇਰਾ ਪਤਾ ਨੀ ਵੀ ਸਵਾਲ ਨਾ ਤੈਨੂੰ ਪੁੱਛੇ ਆ ਕਿ ਨਹੀਂ, ਪਰ ਤੂੰ ਮੈਨੂੰ ਜ਼ਰੂਰ ਪੁੱਛਣ ਡਈ ਆ। ਨਹੀਂ ਜੇ ਜਾਣਾ ਵਾ ਤੇ ਜਾ ਚੱਲ ਜਾ ਫਿਰ ਤੂੰ ਲੱਲਾ, ਉੱਥੇ ਆਫਿਸ ਬੁਆਏ ਕੋਈ ਹੁੰਦੀ ਚਾਬੀ ਲੈ ਕੇ ਦੇਖੋ, ਚਾਬੀ ਤੇ ਖੋਲ ਲਾ ਆਫਿਸ ਤੇ ਜਾ ਚੱਲ ਜਾ। ਮੈਂ ਤੈਨੂੰ ਡੱਕਿਆ ਕਿਹੜੇ ਵੇਲੇ? ਹਾਂ ਠੀਕ ਆ ਠੀਕ ਆ, ਦਿਮਾਗ ਨਾ ਖਰਾਬ ਕਰ, ਜਾਣਾ ਵਾ ਤੇ ਜਾ ਭੈਣੇ। ਮੈਨੂੰ ਨੀ ਸਾਰੇ ਵੱਲੋਂ ਕੁਛ ਵੀ ਪਤਾ, ਜਿੰਨਾ ਕੁ ਤੈਨੂੰ ਪਤਾ ਹੁੰਦਾ ਓਨਾ ਕੁ ਮੈਨੂੰ ਪਤਾ। ਜੇ ਅੱਗੇ ਸਰ ਦੱਸ ਕੇ ਜਾਂਦੇ ਆ ਨਾ ਤੇ ਹੁਣ ਸਰ ਫਿਰ ਨਹੀਂ ਦੱਸ ਕੇ ਗਏ ਕੁਝ। ਠੀਕ ਆ, ਵਾਧੂ ਦਾ ਦਿਮਾਗ ਖਾਧਾ ਇੰਨੀ ਮੇਰਾ। ਅੱਗੋਂ ਤਾਂ ਤੈਨੂੰ ਪਿੱਛੇ ਨੂੰ ਆਫਿਸ ਦਾ ਇੰਨਾ ਆਇਆ ਨੀ, ਅੱਜ ਕੁਛ ਜ਼ਿਆਦਾ ਹੀ ਆਉਂਦੇ ਆ। ਸੁੱਖਾ ਅੱਜ ਗਈ ਨੀ ਤੂੰ ਕੰਮ ਤੇ? ਮੈਂ ਨੀ ਜਾਣਾ ਮੰਮੀ ਅੱਜ, ਤੇ ਇੱਦਾਂ ਕਰੀਏ ਅੱਜ ਸਾਗ ਤੋੜ ਕੇ ਤੇ ਸਾਗ ਬਣਾਈਏ। ਜਾਣਾ ਕਿਉਂ ਨੀ? ਮੈਂ ਤੂੰ ਤਾਂ ਕਦੀ ਦਿਹਾੜੀ ਨੀ ਭੰਨੀ। ਤੇ ਅੱਜ ਮੈਂ ਨਹੀਂ ਜਾਣਾ, ਮੇਰਾ ਨਹੀਂ ਦਿਲ ਕਰਨਾ, ਮੈਂ ਕਿਹਾ ਸਾਗ ਬਣਾ ਲੈਂਦੀ ਹਾਂ। ਸਾਗ ਮੈਂ ਤੇ ਜਾਣਾ ਹੈਗਾ ਅੱਜ ਵਾਂਢੇ। ਵਾਂਢੇ ਕਿੱਥੇ ਚੱਲ ਚੱਲੇ ਜੇ? ਮੈਂ ਤੇ ਆਖਿਆ ਕੁੜੀ ਦੀ ਉੱਨ ਲੈ ਆਉਂਦੀ ਹਾਂ ਤੇ ਉਹਨੂੰ ਕੋਟੀਆਂ ਸਵੈਟਰ ਬਣਾਉਂਦੀ ਹਾਂ। ਠੀਕ ਹੈ ਇੱਥੇ ਜਾਣਾ ਵਾ, ਕੋਈ ਗੱਲ ਨੀ ਤੁਸੀਂ ਉਹ ਆਓ ਫਿਰ ਆਣ ਕੇ ਬਣਾ ਲੈਂਦੇ ਹਾਂ ਸਾਗ। ਆਣ ਕੇ ਦਿਨ ਤਾਂ ਨਿਕੇ ਨਿਕੇ, ਅੱਧਾ ਦਿਨ ਤਾਂ ਆ ਗਿਆ ਵਾ, ਧੁੰਦ ਤਾਂ ਰੱਥਣ ਨਹੀਂ ਡਈ। ਤੇ ਕੋਈ ਨੀ ਸਾਬੀ ਘਰੇ ਹੀ ਆ ਲਾਗੇ ਨਾਲ, ਉਹਨਾਂ ਨੇ ਮੈਨੂੰ ਸਲਾਹ ਦੇਣਾ ਮੇਰੇ ਨਾਲ ਸਾਗ ਤੇ ਆਪਾਂ ਦੋਵੇਂ ਜਣੇ ਰਲ ਕੇ ਬਣਾ ਲੈਂਦੇ ਹਾਂ। ਹੁਣ ਤਾਂ ਬੜੀ ਸਲਾਹ ਆ ਤੁਹਾਡੀ। ਕਿਉਂ ਸੁਲਾਹ ਹੁਣ ਕਰ ਨੀ ਸਕਦੇ? ਜੇ ਨਹੀਂ ਜਰਿਆ ਜਾਂਦਾ ਮੰਮੀ ਜਦੋਂ ਸਾਡੀ ਲੜਾਈ ਸੀ ਉਦੋਂ ਵੀ ਨਹੀਂ ਤੁਸੀਂ ਜਰਦੇ, ਜੇ ਹੁਣ ਸੁਲਾਹ ਵਾ ਤਾਂ ਵੀ ਨੀ ਜਰਨ ਡੇ, ਤੇ ਸੱਦਿਆ ਵੀ ਤੁਸੀਂ ਇਹਨੂੰ ਘਲਾ ਦਿਓ ਫਿਰ ਉਹਦੇ ਪਿੰਡ। ਮੈਂ ਬੜੀ ਖੁਸ਼ ਹਾਂ ਕਿ ਤੁਹਾਡੀ ਸੁਲਾਹ ਹੋ ਗਈ। ਕੋਸ਼ਿਸ਼ ਜੇ ਮੈਂ ਸ਼ਾਇਦ ਤੁਹਾਨੂੰ ਕੋਈ ਤੁਸੀਂ ਹੁਣ ਕਹਿਣ ਡੇ ਵੀ ਸੁਲਾਹ ਕਾਹਨੂੰ ਕਰਨੀ? ਆ ਮੈਡਮ ਦਾ ਫੋਨ ਆਉਂਦੇ ਆ, ਇੱਕ ਮਿੰਟ ਮੰਮੀ। ਹੈਲੋ ਘਰ ਮੈਡਮ, ਤੁਹਾਨੂੰ ਮੈਂ ਦੱਸ ਹੀ ਦਿੱਤਾ ਹੁਣ ਤੁਸੀਂ ਘਰ ਘਰ ਕੀ ਹੋਣਾ ਜੀ? ਚਲੋ ਆ ਜਾਓ ਫਿਰ, ਠੀਕ ਆ। ਉਹਨਾਂ ਕੀ ਕਰਨ ਆਉਣਾ ਇੱਥੇ ਸਿਆਪਾ? ਨਹੀਂ ਕੀ ਕਰਨ ਆਉਣਾ ਉਹਨਾਂ? ਕੀ ਪਤਾ ਮੰਮੀ, ਐਵੇਂ ਹੀ ਦਸ ਮੂੰਹ ਚੁੱਕ ਕੇ ਆਈ ਜਾਂਦੇ ਜਦੋਂ ਮੈਂ ਕਹਿ ਸੁਣਾ ਆ ਘਰ ਕੀ ਕਰਨ ਆਉਣਾ ਹੁਣ ਦੱਸ। ਤੇ ਜੇ ਤੂੰ ਮਨੇ ਕਰਤਾ ਵੀ ਮੇਰਾ ਅੱਜ ਟਾਈਮ ਨਹੀਂ ਗਾ ਵੀ ਮੈਂ ਨਹੀਂ ਆਉਣਾ, ਪਤਾ ਨੀ ਕੱਲੀ ਮੈਡਮ ਹੀ ਆਉਣ ਲੱਗੀ ਹੈ, ਕਹਿੰਦੀ ਮੈਂ ਘਰ ਆਉਣ ਲੱਗੀ ਆ, ਹੁਣ ਪੰਗਾ ਪਾ ਦੇਣ ਲੱਗੀ ਆਣ ਕੇ ਵੱਖਰੇ ਹੀ ਏ। ਮੈਡਮ ਤੇ ਹੈ ਵਾ ਤੇ ਪਰ ਨਹੀਂ ਸੀ, ਰਾਤੀ ਬੜੀ ਕੁਸਰ ਕੁਸਰ ਕਰਨ ਡਏ। ਤੇ ਲੈ ਮੰਮੀ ਸਾਡੀਆਂ ਗੱਲਾਂ ਜਮਾਂ ਹੋਈਆਂ ਸੀ ਤੇ ਗੱਲਾਂ ਹੀ ਕਰਨ ਡੇ, ਕੀ ਹੋ ਗਿਆ ਸੀ? ਨਹੀਂ ਹੋਇਆ ਤੇ ਕੁਛ ਨੀ ਗਾ, ਮੈਂ ਤੇ ਬੜੀ ਖੁਸ਼ ਹਾਂ। ਮੈਂ ਨੀ ਆ ਵੀ ਤੁਸੀਂ ਗੱਲਾਂ ਕਰਦੇ ਸੀ ਕਿ ਲੜਦੇ ਸੀ ਕਿ ਕੀ ਕਰਦੇ ਸੀ? ਨਹੀਂ ਆਪਾਂ ਨਹੀਂ ਲੜਨ ਡੇ, ਗੱਲਾਂ ਬਾਤਾਂ ਹੀ ਮਾਰਨ ਡੇ ਸੀ। ਅੱਛਾ ਹੋਰ ਨਹੀਂ ਕੋਈ ਗੱਲ? ਤੁਸੀਂ ਐਵੇਂ ਹੋਰ ਪਾਸੇ ਗੱਲ ਕਰੀ ਜਾਣ ਡੇ, ਮੈਨੂੰ ਉਹ ਹੋਰ ਟੈਨਸ਼ਨ ਪੈ ਗਈ ਆ। ਕਾਹਦੀ ਟੈਨਸ਼ਨ ਪੈ ਗਈ? ਦੱਸਾਂ ਤਾਂ ਨਹੀਂ ਵੀ ਮੈਡਮ ਆ ਜਾਣ ਲੱਗੀ ਆ ਘਰ। ਉਹ ਪਾਪਾ ਪੀਟ ਹੁੰਦੀ ਆ ਕਿੱਥੇ? ਨਹੀਂ ਪੀਣ ਖੁਰਕੂ ਹੁੰਦੀ ਆ ਕਿਤੇ। ਖੁਰਕਾ ਕਿੱਥੇ ਹੁੰਦੀ ਆ? ਇਹਦੇ ਖਰੂਣ ਵੱਜੇ ਆ ਜਿੱਦਾਂ, ਉਹ ਇਹਦੇ ਚੱਕ ਭਰੇ ਜਿੱਦਾਂ ਕਿ ਜਾਨਵਰ ਨੇ। ਹੈ
ਚੱਲ ਕੋਈ ਨੀ ਦੁੱਧ ਪੀ, ਦੁੱਧ ਪੀ ਮੈਂ ਵੇਖਦਾ ਡਾਕਟਰ ਨੂੰ ਕਿਸੇ ਨੂੰ ਪੁੱਤ ਦੁੱਧ ਪੀ ਨੀ ਤਾਂ ਹੈ ਦੁੱਧ ਪੀ ਲਈ ਤਾਂ ਆਹ ਲਿਆ ਦੇ ਉੱਧਰ ਆ ਗਈ ਆ ਲਿਆ ਲਿਆ ਬਹੁਤ ਛੇਤੀ ਲੈ ਕੇ ਆਈ ਆ ਤੂੰ ਗੁੜ ਲੈ ਤਾਂ ਨਾਲ ਖੰਡ ਨੀ ਪਾਈ ਇਹਦੇ ਵਿੱਚ ਖੰਡ ਨੀ ਪਾਈ ਪਾਈ ਆ ਖੰਡ ਵੀ ਮੈਂ ਕਿੱਦਾਂ ਮੁੜ ਕੇ ਪੀਵੇ ਕਿ ਨਾ ਤੇ ਮੈਂ ਚੱਲ ਗੁੜ ਦੇ ਨਾਲ ਚੱਲ ਚੱਲ ਠੀਕ ਆ ਠੀਕ ਆ ਖਾ ਲਓ ਚਲ ਉੱਠ ਪੋਤਾ ਉੱਠ ਆ ਇਹ ਤਾਂ ਲੱਗਦਾ ਕੁੱਤਿਆਂ ਨੇ ਵੀ ਚੱਕ ਮਾਰੇ ਇਹਦੇ ਆਹ ਵੇਖੋ ਹੱਥ ਆਹ ਵੇਖੋ ਲਉ ਹਾਏ ਕਿੱਦਾਂ ਉੱਤੋਂ ਮਾਸ ਹੀ ਲੱਥਾ ਇਹਦਾ ਤੇ ਹਾਂ ਇਹ ਤੇ ਛਿੱਲਿਆ ਤੇ ਦੱਸਦਾ ਕੁਛ ਨੀ ਗਾ ਚੱਲ ਉੱਠ ਮੇਰਾ ਪੁੱਤ ਉੱਠ ਦੁੱਧ ਪੀ ਲਾ ਇਹਨੂੰ ਦਿਮਾਗ ਨੀ ਇਹਦਾ ਕੰਮ ਕਰ ਲਿਆ ਇਹਦੇ ਸੱਟ ਲੱਗੀ ਲੱਗ ਗਈ ਸਿਰ ਚ ਆਵੇ ਆਵੇ ਸਿਰ ਪੁੱਲਿਆ ਸਾਰਾ ਹੀ ਵਿੱਚੋਂ ਬਗਾਨਾ ਨੀ ਗਾ ਇਹ ਸਾਡਾ ਆਪਣਾ ਹੀ ਆ ਆਪਣਾ ਸਮਝਣਾ ਇਹਨੂੰ ਇਹਨੂੰ ਠੰਡ ਵੀ ਲੱਗਦੀ ਲੱਗਦੀ ਆ ਗੁੜ ਫੜ ਵੇਖ ਬੁਖਾਰ ਤਾਂ ਨੀ ਕਦੇ ਇਹਨੂੰ ਸਰੀਰ ਤੇ ਬਹੁਤ ਗਰਮ ਆ ਇਹਦਾ ਚੱਲ ਕੋਈ ਨੀ ਕੋਈ ਆ ਫੜ ਲੈ ਜਾ ਕਿਸੇ ਧੀ ਪੁੱਤਰ ਕਿਸੇ ਸੱਤੀ ਬਾਬਾ ਰਾਮ ਆ ਜੇ ਵਿਚਾਰੇ ਨੂੰ ਹਾਏ ਕੀਤਾ ਕਿਹੜੇ ਪਿੰਡ ਦਾ ਕਿੱਥੋਂ ਦਾ ਹੈਗਾ ਵਾ ਉਧਰ ਤੇ ਤੂੰ ਬੜੀ ਭੱਜੀ ਫਿਰਨ ਡਈ ਸੀ ਜਿੱਦਾਂ ਕੁੜੀ ਦਾ ਜਨਮ ਦਿਨ ਸੀ ਕਦੀ ਪਕੌੜੇ ਕੱਢ ਕਦੀ ਸਫਾਈਆਂ ਕਰ ਕਦੀ ਕੁਛ ਕਰ ਕਦੀ ਕੁਛ ਕਰ ਤੇ ਉਧਰ ਹੋਰ ਗੱਲ ਸੀ ਕਿ ਉਧਰ ਉਹਦੇ ਜਨਮ ਦਿਨ ਤੇ ਆਉਣਾ ਸੀ ਤਾਂ ਅੱਜ ਮੈਂ ਕਿਹੜਾ ਸੱਦਿਆ ਵਾ ਸੱਦਿਆ ਨਹੀਂ ਤਾਂ ਫਿਰ ਇੱਧਰ ਅੱਗੇ ਜਾ ਲੈਂਦੀ ਆ ਤੂੰ ਅੱਗੇ ਅੱਜ ਕਿੰਨੀ ਆਉਣਾ ਵਾ ਮੈਡਮ ਆਉਣ ਲੱਗੀ ਕੱਲ੍ਹ ਦਾ ਤੁਹਾਨੂੰ ਪਤਾ ਫੋਨ ਤੇ ਸੁਣ ਕੇ ਜਿਹੜੀ ਹੁਣ ਵੀ ਆਉਣ ਡਿਆ ਮੈਂ ਚੁੱਕ ਲਿਆ ਤੇ ਆਉਣ ਲੱਗੀ ਤੇਰੀ ਮੈਡਮ ਮੇਰੀ ਨਹੀਂ ਸਰਦੀ ਵਾਈਫ ਜਿਹੜੇ ਆਫਿਸ ਵਿੱਚ ਵੇਖ ਲਾ ਮੰਮੀ ਇਹਨੇ ਉਦੋਂ ਸਮਰੀਤ ਦੇ ਬਰਥਡੇ ਤੇ ਸਪੈਸ਼ਲ ਸੱਦੀ ਉਹਨੂੰ ਘਰ ਦੱਸਿਆ ਹੁਣ ਉਹ ਇੱਥੇ ਸਿੱਧੀ ਆਉਣ ਲੱਗੀ ਆ ਤੈਨੂੰ ਕੀ ਲੋੜ ਸੀ ਘਰ ਦੱਸਣ ਦੀ ਇਸ ਤਰ੍ਹਾਂ ਹੀ ਆ ਕਿ ਫਿਰ ਇੱਕ ਵੇ ਘਰ ਕੋਈ ਚੀਜ਼ ਪੁੱਤ ਹੁੰਦੀ ਇੱਕ ਵੇ ਨਹੀਂ ਹੁੰਦੀ ਆਹੋ ਤੇ ਇਸ ਤਰ੍ਹਾਂ ਚੰਗੇ ਰਹੀ ਅਲੱਗ ਲੱਗੀ ਦਾ ਆਹ ਮੰਮੀ ਚੱਲ ਜਾਓ ਤੁਸੀਂ ਮੈਂ ਅੰਨੀ ਉੱਥੇ ਬਹਿ ਤੂੰ ਆ ਚੰਗਾ ਕੰਮ ਕਰਨ ਡਈ ਆ ਮੈਂ ਕੀ ਚੰਗਾ ਕੰਮ ਕੀਤਾ ਚੱਲ ਮੰਮੀ ਆ ਗਈ ਮੈਂ ਉੱਧਰ ਚਲੋ ਤੁਸੀਂ ਆ ਗਈ ਚੱਲ ਮੰਮੀ ਹੁਣ ਤੁਸੀਂ ਨਾ ਬੜਬੜ ਕਰੀ ਜੀ ਮੇਰੀ ਗੱਲ ਸੁਣ ਸਿਆਪਾ ਪੈ ਜਾਣਾ ਸੀ ਹੁਣ ਉਹ ਤੇ ਮੈਨੂੰ ਪੁੱਛ ਕੇ ਸੀ ਕਰੀ ਜਾਣ ਦੀ ਆਂਦੀ ਬਸ ਮੈਂ ਮੈਡਮ ਆਂਦੀ ਘਰ ਪਹੁੰਚ ਚੱਲਣੀ ਆ ਹੁਣ ਘਰ ਪਹੁੰਚ ਚੱਲਣੀ ਆ ਤੇ ਤੂੰ ਘਰ ਕਿਹੜੀ ਗੱਲੋਂ ਦੱਸਿਆ ਸੀਗਾ ਪਹਿਲਾਂ ਉਦੋਂ ਤੈਨੂੰ ਮੈਂ ਰੋਕਦਾ ਵੀ ਰਿਹਾ ਮੈਨੂੰ ਕੀ ਪਤਾ ਸੀ ਤੁਸੀਂ ਆ ਕਰ ਦੇਣਾ ਵਾ ਵੀ ਮੈਂ ਘਰ ਨਾ ਦੱਸਾਂ ਹੈ ਕੀ ਪਤਾ ਹੁੰਦਾ ਬੰਦੇ ਦਾ ਕੀ ਹੋ ਜਾਣਾ ਬੰਦੇ ਕੋਲ ਉਹ ਤਾਂ ਤੁਹਾਡੇ ਕੋਲ ਤਾਂ ਪਤਾ ਹੀ ਨਹੀਂ ਆਪ ਹੀ ਤੁਸੀਂ ਕੰਮ ਕੀਤਾ ਵਾ ਤੇ ਹੋਇਆ ਵਾ ਹੁਣ ਮੈਂ ਕੀ ਕਰਾਂ ਦੱਸੋ ਮੈਂ ਕੀ ਦੱਸਾਂ
ਬੈਗ ਚ ਕੱਪੜੇ ਪਾ ਆਪਾਂ ਉਧਰ ਜਾਣੇ ਦੂਜੇ ਪਿੰਡ। ਆਹੋ ਜਿਹੜਾ ਨਹੀਂ ਨਾ ਸ਼ੱਕ ਪਿਆ ਉਹ ਵੀ ਸਾਡੇ ਤੇ ਪੈ ਜੇ ਸ਼ੱਕ ਹੁਣ। ਬੰਦਾ ਬੰਨੇ ਲਾਤਾ ਤੇ ਜਨਾਨੀ ਕਿਹੜੀ ਪਾੜੀਆਂ ਰਿਹਾ ਫੇਰ, ਜੇ ਮੈਂ ਆਪਣੀ ਆਈ ਤੇ ਆ ਗਿਆ ਤਾਂ ਜਨਾਨੀ ਮੇਰੇ ਅੱਗੇ ਕੀ ਆ। ਵੇਖੀ ਉਹਦਾ ਵੀ ਕੰਮ ਕੱਢ ਦੇਣਾ ਵਾ, ਤੂੰ ਮੇਰੇ ਹੱਥ ਲੱਗਣ ਦੀ ਫੇਰ ਲੱਗ ਜੂ ਪਤਾ। ਹੱਸ ਕੇ ਵੇਖ ਕਿੱਦਾਂ ਦੀ ਗੱਲ ਰਾਵਣ ਵਾਂਗੂ, ਦੱਸ ਇਹਨੂੰ ਮਾਸਾ ਡਰ ਨਹੀਂ ਹੈਗਾ। ਕਹਿੰਦਾ ਮੈਂ ਬੰਦਾ ਮਾਰਤਾ ਤੇ ਮੇਰੇ ਅੱਗੇ ਮੈਡਮ ਕੀ ਗੱਲ ਵਾ, ਜੇ ਅੱਜ ਇਹਨੇ ਬੰਦਾ ਮਾਰ ਕੇ ਖੁਸ਼ ਵਾ, ਜੇ ਕੱਲ ਨੂੰ ਇਹਨੇ ਮੈਨੂੰ ਮਾਰਤਾ ਮੇਰੀ ਧੀ ਨੂੰ ਮਾਰਤਾ। ਅਰੇ ਨਹੀਂ ਨਹੀਂ, ਮੇਰੀ ਧੀ ਨੂੰ ਨਾ ਕੁਛ ਵੀ ਹੋਏ, ਮੈਨੂੰ ਲੱਗਦਾ ਮੈਨੂੰ ਪੁਲਿਸ ਨੂੰ ਦੱਸ ਦੇਣਾ ਚਾਹੀਦਾ ਵਾ। ਮੈਂ ਤੇ ਐਵੇਂ ਹੀ ਇਹਦੀਆਂ ਗੱਲਾਂ 'ਚ ਆ ਗਈ ਹਾਂ, ਆਪ ਤੇ ਇਹਨੇ ਜ਼ੁਲਮ ਕੀਤਾ ਤੇ ਨਾਲ ਮੈਂ ਵੀ ਇਹਦੇ ਜ਼ੁਲਮ ਦੀ ਭਾਗੀਦਾਰ ਬਣ ਰਹੀ ਹਾਂ। ਮੈਨੂੰ ਚੁੱਪ ਨਹੀਂ ਰਹਿਣਾ ਚਾਹੀਦਾ, ਮੈਨੂੰ ਨਾ ਦੱਸਣਾ ਹੀ ਚਾਹੀਦਾ, ਕਿਉਂਕਿ ਇਹਦੀ ਗੱਲ ਤੇ ਉਹ ਵਾ, ਜੇ ਹਲਕਾਏ ਕੁੱਤੇ ਦੇ ਮੂੰਹ ਨੂੰ ਖੂਨ ਲੱਗ ਜੇ ਤੇ ਉਹ ਖੂਨ ਹੀ ਭਾਲਦਾ ਰਹਿੰਦਾ ਵੀ ਮੈਂ ਪੀਵਾਂ। ਤੇ ਇਹਨੇ ਇੱਕ ਬੰਦਾ ਮਾਰਤਾ ਤੇ ਮਾਰ ਕੇ ਅਗਲੇ ਨੂੰ ਅਸਰ ਹੀ ਕੋਈ ਨਹੀਂ ਆ ਵੀ ਮੈਂ ਕਤਲ ਕੀਤਾ ਵਾ ਜਾਂ ਨਹੀਂ, ਅਗਲਾ ਹੋਰ ਕਰਨ ਨੂੰ ਫਿਰਨ ਡਿਆ ਵਾ, ਇਹਦੇ ਗਾੜੀ ਫਿਰ ਮੈਂ ਕੀ ਚੀਜ਼ ਵਾ, ਇੱਥੇ ਅੰਨਾ ਹੀ ਹੋ ਗਿਆ, ਇਹਨੂੰ ਨਹੀਂ ਕੁਝ ਵੀ ਦਿਖਦਾ, ਹੁਣ ਮੈਂ ਕੀ ਕਰਾਂ। ਮੈਨੂੰ ਤਾਂ ਆਪ ਨਹੀਂ ਕੁਝ ਸਮਝ ਲੱਗਣ ਡਈ, ਨਾ ਮੈਂ ਕਿਸੇ ਨੂੰ ਦੱਸ ਸਕਦੀ ਹਾਂ ਵੀ ਮੈਂ ਕਿਸੇ ਨੂੰ ਦੱਸ ਕੇ ਉਹਦੀ ਸਲਾਹ ਹੀ ਲੈਣਾ। ਬੱਬਾ ਹੁਣ ਮੈਨੂੰ ਤੂੰ ਹੀ ਦੱਸ ਕਿ ਮੈਂ ਕੀ ਕਰਾਂ, ਮੈਨੂੰ ਕੋਈ ਨਾ ਕੋਈ ਰਾਹ ਵਿਖਾ, ਜੇ ਤਾਂ ਮੈਂ ਦਲਦਲ 'ਚ ਫਸਦੀ ਗਈ ਨਾ ਤਾਂ ਇੱਦਾਂ ਦੀ ਫਸਣਾ ਵੀ ਇੱਥੋਂ ਮੈਂ ਬਾਅਦ 'ਚ ਨਿਕਲ ਹੀ ਨਹੀਂ ਸਕਣਾ। ਹੁਣ ਤਾਂ ਇਹ ਬੜਾ ਹੱਸਣ ਡਿਆ ਸੀ ਨਾ, ਹੁਣੇ ਪੁਲਿਸ ਆ ਗਈ ਨਾ ਅਤੇ ਜਦੋਂ ਇਹਨੇ ਇਹਦਾ ਕੀਤਾ ਪਿਛਵਾੜਾ ਲਾਲ, ਤਾਂ ਫਿਰ ਇਹਦੇ ਵਰਗੇ ਡਰਦੇ ਨੇ ਨਾ ਏ ਟੂ ਲੈ ਕੇ ਜੈੱਡ ਤੱਕ ਸਾਰੀ ਗੱਲ ਦੱਸਣੀ ਆ। ਅਤੇ ਹੁਣ ਬੜਾ ਦਲੇਰ ਬਣ ਡਿਆ ਵਾ ਵੀ ਜਿੱਦਾਂ ਨਾ ਮੇਰੇ ਤੋਂ ਵੱਡਾ ਕੋਈ ਨਾਢੂ ਖਾਣ ਹੀ ਨਹੀਂ ਹੈਗਾ, ਮੈਂ ਹੀ ਹਾਂ ਬਸ ਦੁਨੀਆਂ 'ਤੇ। ਹੁਣ ਚੱਲ ਵੇਖਦੀ ਹਾਂ ਫਿਰ ਕੀ ਕਰਨਾ, ਚੁੱਪ ਰਿਹਾ ਤਾਂ ਕੁਛ ਨਹੀਂ ਹੋਣਾ, ਜੇ ਮੈਂ ਅੱਜ ਚੁੱਪ ਰਹਿ ਗਈ ਤਾਂ ਇਹਨੇ ਮੈਨੂੰ ਹੋਰ ਦਬਾਉਣਾ, ਹੋਰ ਚੁੱਪ ਕਰਾਈ ਜਾਣਾ। ਵੇਖਦੀ ਹਾਂ ਸੋਚਦੀ ਹਾਂ ਕੀ ਕਰਨਾ।